ਬਹੁਤ ਅਹਿਮ ਮੁੱਦਾ ਸਾਡੀ ਰਸੋਈ ਨਾਲ ਜੁੜਿਆ ਤਕਰੀਬਨ ਜਿੰਨੇ ਅਸੀਂ ਸੁਣ ਰਹੇ ਹਾਂ ਦੇਖ ਰਹੇ ਹਾਂ ਸਾਡੀ ਸਾਰੀਆਂ ਦੀਆਂ ਰਸੋਈਆਂ ਦੇ ਵਿੱਚ ਪ੍ਰੋਡਕਟ ਪਈ ਹੋਣਗੇ ਪਰ ਉਹਦੇ ਬਾਬਤ ਹੁਣ ਕੁਝ ਰਿਪੋਰਟਾਂ ਆ ਰਹੀਆਂ ਨੇ ਕਈ ਪਾਸਿਆਂ ਤੋਂ ਹੁਣ ਸਹੀ ਹੁੰਦੀਆਂ ਕਿ ਗਲਤ ਇਹ ਤੇ ਸਮੇਂ ਦੇ ਨਾਲ ਜਿਹੜਾ ਉਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਪਰ ਜੋ ਚਰਚਾ ਦੇ ਵਿੱਚ ਹੈ ਉਹਦੇ ਉਸ ਤਰੀਕੇ ਨਾਲ ਗੱਲਬਾਤ ਕਰਾਂਗੇ ਕਿੱਥੋਂ ਮਸਲਾ ਉੱਭਰਿਆ ਕਿਉਂ ਉਭਰਿਆ ਸਾਰੀਆਂ ਗੱਲਾਂਬਾਤਾਂ ਕਰਦੇ ਹਾਂ ਗਰਲਸਬ ਸਾਡੇ ਨਾਲ ਨੇ ਪਹਿਲਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਲ ਕਰ ਲਈ ਗਰਲਸਬ ਸੋਸ਼ਣਕਲ ਜੀ ਬਹੁਤ ਸਵਾਗਤ ਸੱਚੀ ਗੱਲ ਬਹੁਤ ਤੰਗ ਗਰਲ ਸਾਹਿਬ ਅਸੀਂ ਸਾਰੇ ਨਾ ਬੜੇ ਸਵਾਦ ਨਾਲ ਕੋਈ ਵੀ ਜਦੋਂ ਚੀਜ਼ ਬਣਦੀ ਉਹਦੇ ਉੱਤੇ ਜਿਹੜੀ ਮਸਾਲੇ ਪਾ ਕੇ ਖਾਈਦੇ ਆ ਧੂੜ ਕੇ ਅੰਗੂਲ ਫੜ ਕੇ ਹੌਲੀ 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 ਕਰਕੇ ਮਸਾਲੇ ਪਾਈਦੇ ਵੀ ਕਹਿੰਦਾ ਫਰੂਟ ਕੱਟਿਆ ਤੇ ਮਸਾਲਾ ਜਿਹਾ ਪਾਓ ਇੱਥੇ ਫਲਾਣੀ ਚੀਜ਼ ਪਾਓ ਤੇ ਮੋਸਟਲੀ ਸਾਡੀਆਂ ਕਿਚਨ ਦੇ ਵਿੱਚ ਕੁਝ ਪ੍ਰੋਡਕਟਸ ਹੁੰਦੇ ਨੇ ਜਿਹੜੇ ਆਮ ਕਾਮਨ ਨੂੰ ਦੇਖਣ ਨੂੰ ਮਿਲਦੇ ਨੇ ਪਰ ਉਹਨਾਂ ਪ੍ਰੋਡਕਟਸ ਦੇ ਬਾਬਤ ਹੁਣ ਕੁਝ ਰਿਪੋਰਟਸ ਆ ਰਹੀਆਂ ਨੇ ਰਿਪੋਰਟਾਂ ਕਹਿੰਦੇ ਯੂਰਪ ਵਾਲੇ ਪਾਸੇ ਤੋਂ ਆ ਰਹੀਆਂ ਨੇ ਇਹ ਕੀ ਕਹਿੰਦੀਆਂ ਨੇ ਰਿਪੋਰਟਾਂ ਇਹ ਕਿਹੜੇ ਮਸਾਲੇ ਨੇ ਐਸੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਕੀ ਕੁਝ ਖਾਸ ਮਸਾਲੇ ਨੇ ਜਾਂ ਸਾਰਿਆਂ ਨੂੰ ਇੱਕੋ ਰਸੇਬੰਦ ਕੀਤਾ ਗਿਆ ਜੀ ਮਸਲਾ ਕੀ ਹੈ ਸਾਰਾ ਅ ਕਾਲਾ ਸਾਹਿਬ ਕੁਝ ਸਾਲ ਪਹਿਲਾਂ ਇਹ ਅਕਸਰ ਲੋਕਾਂ ਦੇ ਮਨ 'ਚ ਇੱਕ ਸ਼ੰਕਾ ਹੁੰਦੀ ਸੀ ਕਿ ਫੂਡ ਦੇ ਵਿੱਚ ਮਿਲਾਵਟ ਹੁੰਦੀ ਹੈ ਜੀ ਤੇ ਇੰਡੀਆ ਦੇ ਵਿੱਚੋਂ ਚਾਹੇ ਕਿਸੇ ਵੀੋਂ ਖਾਸ ਤੌਰ ਤੇ ਜਿਹੜਾ ਇੰਡੀਅਨ ਫੂਡ ਸੀ ਉੱਤੇ ਲੋਕ ਟਰਸਟ ਘੱਟ ਕਰਦੇ ਸੀ ਫਿਰ ਹੌਲੀ ਹੌਲੀ ਇੰਡੀਆ ਨੇ ਕੁਆਲਿਟੀ ਇੰਪਰੂਵ ਕੀਤੀ ਤੇ ਬਾਹਰ ਐਕਸਪੋਰਟ ਦੇ ਲਈ ਕਾਫੀ ਫੂਡ ਬਾਹਰ ਜਾਂਦਾ ਹੁਣ ਜਿਹੜੀ ਯੂਰੋਪੀਅਨ ਯੂਨੀਅਨ ਹੈ ਇਹਨਾਂ ਦੇ ਇੱਕ ਕੋਈ ਰਿਪੋਰਟ ਇਸ਼ੂ ਹੋਈ ਉਸ ਰਿਪੋਰਟ ਦੇ ਮੁਤਾਬਕ ਤਕਰੀਬਨ 400 ਦੇ ਕਰੀਬ ਜਾਂ 400 ਤੋਂ ਥੋੜੇ ਜੇ ਵੱਧ ਲਾ ਲਓ ਐਕਸਪੋਰਟ ਕਾਲਿਟ ਕੁਆਲਿਟੀ ਦੇ ਜਿਹੜੇ ਇੰਡੀਅਨ ਫੂਡ ਨੇ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਉਹ ਕੰਟੈਮੀਨੇਟਡ ਨਹੀਂ ਉਹਨਾਂ ਦੇ ਵਿੱਚ ਕੋਈ ਉਹ ਚੀਜ਼ਾਂ ਨਹੀਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਹੇ ਪਿਛਲੇ 2019 ਤੋਂ ਲੈ ਕੇ 2024 ਤੱਕ ਦੇ ਜਿਹੜੇ ਪ੍ਰੋਡਕਟ ਨੇ ਉਹਨਾਂ ਨੂੰ ਐਨਲਾਈਜ਼ ਕਰਦੇ ਰਹੇ ਨੇ ਤੇ ਇਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਕਈਆਂ ਪ੍ਰੋਡਕਟਾਂ ਦੇ ਵਿੱਚ ਤੇ ਪ੍ਰੋਡਕਟਸ ਦੇ ਵਿੱਚ ਕੈਂਸਰ ਕੌਜ਼ਿੰਗ ਏਜੈਂਟਸ ਨੇ ਕਈਆਂ ਦੇ ਵਿੱਚ ਪੈਸਟੀਸਾਈਡਸ ਹੈ ਕਈਆਂ ਦੇ ਵਿੱਚ ਹੈਵੀ ਮੈਟਲਸ ਨੇ ਜਿਸ ਤਰ੍ਹਾਂ ਮਰਕਰੀ ਕੈਡਮੀਅਮ ਵਗੈਰਾ ਕਹਿੰਦੇ ਨੇ ਕਿ ਜੇ ਲੌਂਗ ਟਰਮ ਐਕਸਪੋਜ਼ਰ ਹੋ ਜਾਏ ਬੰਦੇ ਦਾ ਕੈਡਮੀਅਮ ਦੇ ਲਈ ਤੇ ਖਾਧੀ ਜਾਵੇ ਜਾਂ ਸੁੰਘੀ ਜਾਵੇ ਤਾਂ ਉਹਦੇ ਨਾਲ ਕੈਂਸਰ ਦਾ ਰਿਸਕ ਬਹੁਤ ਵੱਧ ਜਾਂਦਾ ਤੇ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੁਣ ਜਿਹੜੀ ਇਹ ਰਿਪੋਰਟ ਆ ਇਹਦੇ ਹਿਸਾਬ ਦੇ ਨਾਲ 14 ਪ੍ਰੋਡਕਟ ਇਦਾਂ ਦੇ ਨੇ ਜਿਹੜੇ ਬਹੁਤ ਜ਼ਿਆਦਾ ਹਾਰਮਫੁਲ ਨੇ ਉਹਨਾਂ ਦੇ ਨਾਲ ਕ੍ਰੋਨਿਕ ਡਿਜ਼ੀਜ਼ਸ ਹੋ ਸਕਦੀਆਂ ਨੇ ਤੇ ਉਹਨਾਂ ਦੇ ਵਿੱਚ ਸਬਸਟਾਂਸਸ ਨੇ ਜਿੱਦਾਂ ਟਰਾਈਸਾਈਕਲੇਜ਼ ਸਾਈਕਲੋਜ਼ੋਨ ਜਾਂ ਸੈਲਮੋਨੇਲਾ ਵਗੈਰਾ ਇਦਾਂ ਦੀਆਂ ਚੀਜ਼ਾਂ 21 ਪ੍ਰੋਡਕਟ ਨੇ ਜਿਨ੍ਹਾਂ ਦੇ ਵਿੱਚ ਕੈਡਮੀਅਮ ਕਾਫੀ ਦੇਖੀ ਗਈ ਹੈ ਜਿਵੇਂ ਆਕਟੋਪਸ ਜਾਂ ਸਕਵਿਡ ਹੈ ਸੀ ਫੂਡਸ ਨੇ ਇਹਨਾਂ ਦੇ ਨਾਲ ਕਹਿੰਦੇ ਨੇ ਕਿ ਹਾਈ ਰਿਸਕ ਆ ਕਿਡਨੀ ਡਿਜ਼ੀਜ਼ਸ ਆ ਤੇ ਕਾਰਡੀਓ ਵੈਸਕੂਲਰ ਡਿਜ਼ੀਜ਼ਸ ਆ ਤੇ ਇਹ ਲੀਡ ਕਰਦੀਆਂ ਨੇ ਲੌਂਗ ਟਰਮ ਡੈਮੇਜ ਦੇ ਲਈ ਕਿਡਨੀ ਦੇ ਲਈ ਬੋਨ ਲੌਸ ਦੇ ਲਈ ਰੈਸਪੀਰੇਟਰੀ ਇਸ਼ੂਸ ਦੇ ਲਈ ਤੇ ਕਾਰਡੀਓ ਵੈਸਕੂਲਰ ਪ੍ਰੋਬਲਮਸ ਦੇ ਲਈ 59 ਪ੍ਰੋਡਕਟ ਨੇ ਜਿਨ੍ਹਾਂ 'ਚ ਪੈਸਟੀਸਾਈਡ ਆ ਪੈਸਟੀਸਾਈਡਸ ਨੇ ਉਹ ਪੈਸਟੀਸਾਈਡ ਜਿਹੜੇ ਕਰਸਿਨੋਜਨਿਕ ਨੇ ਕਰਸਿਨੋਜਨਿਕ ਹੁੰਦੇ ਨੇ ਜਿਹੜੇ ਕੈਂਸਰ ਕੌਜ਼ ਕਰਦੇ ਨੇ ਇਹਨਾਂ ਦੇ ਵਿੱਚ ਚੌਲ ਨੇ ਜਾਂ ਹਰਬਸ ਨੇ ਅਜਾ ਫਿਰ ਸਪਾਈਸਸ ਨੇ ਟਰਾਈਸਾਈਕਲੋਜ਼ੋਲ ਫੰਜੀਸਾਈਡਸ ਨੇ ਇਹ ਚੀਜ਼ਾਂ ਨੇ ਜਿਹੜੀਆਂ ਜਨਰਲ ਟਾਕਸਿਕ ਨੇ ਇਹ ਚੀਜ਼ਾਂ ਸਿਹਤ ਦੇ ਲਈ ਬਹੁਤ ਮਾੜੀਆਂ ਨੇ 52 ਪ੍ਰੋਡਕਟ ਇਦਾਂ ਦੇ ਨੇ ਇਸ ਲਿਸਟ ਦੇ ਵਿੱਚ ਜਿਨ੍ਹਾਂ ਚ ਘੱਟੋ ਘੱਟ ਇੱਕ ਤਰ੍ਹਾਂ ਦਾ ਜਾਂ ਇੱਕ ਤੋਂ ਵੱਧ ਪ੍ਰੋਡਕਟ ਜਿਹੜੇ ਨੇ ਉਹ ਪੈਸਟੀਸਾਈਡ ਨੇ ਉਹਨਾਂ ਦੇ ਵਿੱਚੋਂ ਕਈ ਇਦਾਂ ਦੇ ਪ੍ਰੋਡਕਟ ਆ ਜਿਨ੍ਹਾਂ ਚ 5-5 ਪੈਸਟੀਸਾਈਡ ਨੇ ਹੂੰ ਉਹਨਾਂ ਦੇ ਰੈਜ਼ੀਡਿਊਸ ਤੇ 20 ਪ੍ਰੋਡਕਟ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਐਥਲਨ ਆਕਸਾਈਡ ਹੈ ਐਥਲਨ ਆਕਸਾਈਡ ਹੈ ਜਿਹੜਾ ਇੱਕ ਬੈਂਡ ਪ੍ਰੋਡਕਟ ਹੈ ਇਹ ਦਸਾਂ ਪ੍ਰੋਡਕਟਾਂ ਦੇ ਵਿੱਚ ਫਾਈਂਡ ਕੀਤਾ ਗਿਆ ਦਸ ਪ੍ਰੋਡਕਟ ਦੇ ਵਿੱਚ ਜਿਵੇਂ ਮਿਰਚਾਂ ਨੇ ਕਾਫੀ ਹੈ ਜਾਂ ਫਿਰ ਰਾਈਸ ਹੈ ਇਸੇ ਤਰ੍ਹਾਂ ਸੈਲਮੋਨੇਲਾ ਆਪਾਂ ਨੂੰ ਪਤਾ ਹੈ ਕਿ ਜਦੋਂ ਕੈਨੇਡਾ ਅਮਰੀਕਾ ਦੇ ਵਿੱਚ ਕਈ ਵਾਰੀ ਗਵਰਨਮੈਂਟ ਆ ਰਿਕਾਲ ਕਰ ਲੈਂਦੀਆਂ ਨੇ ਕਿ ਫਲਾਨਾ ਪ੍ਰੋਡਕਟਾ ਖਰਬੂਜੇ ਨੇ ਜਾਂ ਕੋਈ ਚੀਜ਼ ਹੈ ਉਹਦੇ ਵਿੱਚ ਸੈਲਮੋਨੇਲਾ ਉਹਨੂੰ ਰਿਕਾਲ ਕਰ ਲੈਂਦੇ ਨੇ ਪਰ ਜਿਹੜੇ ਇੰਡੀਆ ਦੇ ਕਈ ਪ੍ਰੋਡਕਟ ਬਾਹਰ ਮਿਲਦੇ ਨੇ 100 ਦੇ ਕਰੀ ਪ੍ਰੋਡਕਟ ਨੇ ਜਿਨ੍ਹਾਂ ਚ ਸੈਲਮੋਨੇਲਾ ਦੇਖਿਆ ਗਿਆ ਜਿਸ ਤਰ੍ਹਾਂ ਗਰਾਊਂਡ ਨਾਟਾ ਮੂਫੜੀ ਦੀਆਂ ਗਿਰੀਆਂ ਨੇ ਨਟ ਕਰੈਕਰਸ ਨੇ ਤੇ ਇਹਨਾਂ ਦੇ ਵਿੱਚ ਇਦਾਂ ਦੇ ਪ੍ਰੋਡਕਟ ਨੇ ਜਿਹੜੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਨੇ ਫਿਰ ਇੱਕ ਮੋਰਿੰਗਾ ਲੀਫਸ ਨੇ ਹਾਂਜੀ ਅੱਛਾ ਜੀ ਅੱਛਾ ਤੁਸੀਂ ਮੋਰਿੰਗੇ ਦੀ ਗੱਲ ਕਰ ਲਓ ਪਹਿਲਾਂ ਆ ਮੋਰਿੰਗਾ ਲੀਫਸ ਨੇ ਇਹਦੇ ਜਿਹੜੇ ਪੱਤੇ ਨੇ ਤੇ ਫਲੀਆਂ ਨੇ ਉਹਨਾਂ ਦੇ ਵਿੱਚ ਮੋਨੋਕ੍ਰੋਪਟੋਫੋਸ ਇਨਸੈਕਟੀਸਾਈਡ ਪਾਇਆ ਜਾਂਦਾ ਹੈ ਹਾਲਾਂਕਿ ਇਹਨਾਂ ਵਧੀਆ ਫੂਡ ਹੈ ਪਰ ਇਹਦੇ ਵਿੱਚ ਇਨਸੈਕਟੀਸਾਈਡ ਨੇ ਸੋ ਇਦਾਂ ਦੇ ਕਈ ਪ੍ਰੋਡਕਟ ਹੋਰ ਵੀ ਉਹਨਾਂ ਨੇ ਲਿਸਟ ਕੀਤੇ ਨੇ अच्छा ਤੁਸੀਂ ਜਿੰਨੀਆਂ ਚੀਜ਼ਾਂ ਦੀ ਗੱਲਾਂ ਕੀਤੀਆਂ ਅਖੀਰ ਤੇ ਮਰਿੰਗੇ ਦੀ ਗੱਲ ਕੀਤੀ ਹੈ ਤੇ ਬਹੁਤ ਇਹਦੇ ਫਾਇਦੇ ਹੀ ਬਹੁਤ ਮੈਂ ਦੇਖ ਸੁਣ ਰਿਹਾ ਸੀਗਾ ਦੱਸੇ ਗਏ ਨੇ YouTube ਦੇ ਉੱਤੇ ਜਾਂ ਹੋਰ ਤਰੀਕਿਆਂ ਨਾਲ ਕਿ ਇਹ ਚ ਇਨਾ ਪ੍ਰੋਟੀਨ ਹੈ ਜੀ ਇਹਨੇ ਵਟਾਇਮਿਨਸ ਵਿਟਾਮਿਨਸ ਨੇ ਨਾ ਕੈਲਸ਼ੀਅਮ ਆ ਸੋ ਉਹ ਇੱਕ ਪੱਤਾ ਉਹਨੂੰ ਬੜਾ ਇੱਕ ਮੋਸਟ ਨਿਊਟ੍ਰੀਸ਼ੀਅਸ ਪੌਦੇ ਦਾ ਕਹਿ ਕਿ ਵੀ ਸੰਬੋਧਨ ਕਰ ਰਹੇ ਸਨ ਪਰ ਇਹ ਜਿੰਨੀਆਂ ਗੱਲਾਂ ਤੁਸੀਂ ਪਹਿਲਾਂ ਦੱਸੀਆਂ ਨੇ ਸਾਰੀਆਂ ਕੀ ਇਹ ਗੱਲਾਂ ਇਲਜ਼ਾਮ ਨੇ ਕਿ ਜਾਂ ਇਹ ਪ੍ਰੂਵਨ ਫੈਕਟਸ ਨੇ ਜੀ ਹੁਣ ਇਹ ਪ੍ਰੂਵਨ ਫੈਕਟਸ ਨੇ ਐਸੇ ਕਰਕੇ ਉਹਨਾਂ ਨੇ ਸਮਾਂ ਵੀ ਲਿਆ ਤੇ ਉਹਨਾਂ ਨੇ ਇਹ ਪ੍ਰੋਡਕਟ ਫਲੈਗ ਕੀਤੇ ਨੇ ਪੋਸੀਬਲ ਇਹ ਪ੍ਰੋਡਕਟ ਪ੍ਰੋਡਕਟਸ ਨੂੰ ਬੈਨ ਕਰ ਸਕਦੇ ਨੇ ਜਾਂ ਕੀਤੇ ਹੋਣਗੇ ਕਈ ਪ੍ਰੋਡਕਟ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪ੍ਰੋਡਕਟ ਨੇ ਜਿਹੜੇ ਇਹ ਹੋਰ ਦੇਸ਼ਾਂ ਦੇ ਵਿੱਚ ਵੀ ਜਾਂਦੇ ਨੇ ਕੈਨੇਡਾ 'ਚ ਵੀ ਆਉਂਦੇ ਨੇ ਅਮਰੀਕਾ 'ਚ ਵੀ ਜਾਂਦੇ ਨੇ ਕਿ ਯੂਰੋਪੀਅਨ ਯੂਨੀਅਨ ਇਸ ਦੇ ਇਸ ਰਿਪੋਰਟ ਨੂੰ ਕੈਨੇਡਾ ਅਮਰੀਕਾ ਫੋਲੋ ਕਰੇਗਾ ਇਹ ਅਜੇ ਪਤਾ ਨਹੀਂ ਹੂੰ ਬਿਲਕੁਲ ਕਿਉਂਕਿ ਸਾਡੀਆਂ ਘਰਾਂ ਦੀਆਂ ਸਬਜ਼ੀਆਂ ਕਈ ਕੋਸ਼ੇ ਇਹਨਾਂ ਮਸਾਲਿਆਂ ਤੋਂ ਬਿਨਾ ਤੇ ਪੂਰੀਆਂ ਨਹੀਂ ਹੋ ਸਕਦੀਆਂ ਸੀ ਉਹਦਾ ਅੰਦਾਜ਼ਾ ਇਹ ਨਹੀਂ ਲਾ ਸਕਦੇ ਵੀ ਇਹਨਾਂ ਤੋਂ ਬਿਨਾ ਕਿਦਾਂ ਕਿਵੇਂ ਖਾਤਾ ਜਾਊਗਾ ਜਿਸ ਢੰਗ ਤਰੀਕੇ ਨਾਲ ਆ ਜ ਇਹਨਾਂ ਨੂੰ ਕਿਚਨ ਕਿੰਗ ਦਾ ਖਿਤਾਬ ਵਿਖੋ ਆ ਚਾਹੇ ਤੇ ਐਡਵਰਟਾਈਜ਼ਮੈਂਟਸ ਦੇ ਵਿੱਚ ਹੀ ਦਿੱਤਾ ਗਿਆ ਕਿਸੇ ਹੋਰ ਵੱਲੋਂ ਨਹੀਂ ਪਰ ਇਸ ਤਰੀਕੇ ਨਾਲ ਪ੍ਰੇਰਿਆ ਜਾਂਦਾ ਹੈ ਵੀ ਇਹਨਾਂ ਤੋਂ ਬਿਨਾ ਤੁਹਾਡੀ ਰਸੋਈ ਸੁਣੀ ਹੈ ਖੈਰ ਇਹ ਇਹ ਭਾਰਤੀ ਫੈਮਿਲੀਜ਼ ਨੂੰ ਤੇ ਵੱਡੇ ਪੱਧਰ ਤੇ ਉੱਤੇ ਅਸਰ ਕਰਨਗੀਆਂ ਗਰੈਲ ਸਾਹਿਬ ਅਗਲੀ ਗੱਲ ਜਿਹੜੀ ਕੋਈ ਨਾ ਛੁਰਦੇ ਹਾਂ ਹਾਂਜੀ ਹਾਂਜੀ ਮੈਂ ਇੱਕ ਚੀਜ਼ ਮੈਂਸ਼ਨ ਕਰਦਾ ਸੀ ਕਿ ਜਿਹੜਾ ਧਨੀਆ ਦਾ ਪਾਊਡਰ ਆ ਜਦਾਂ ਉਨੇ ਵਿੱਚ ਉਹ ਪ੍ਰੋਡਕਟ ਨੇ ਜਿਹੜੇ ਨਿਊਰੋ ਡਵੈਲਪਮੈਂਟ ਬੱਚਿਆਂ ਦੀ ਉਹ ਅਫੈਕਟ ਕਰਦੇ ਨੇ ਜਾਂ ਤੁਹਾਨੂੰ ਸਾਹ ਦੀ ਪ੍ਰੋਬਲਮ ਨੂੰ ਅਫੈਕਟ ਕਰਦੇ ਨੇ ਇਸੇ ਤਰ੍ਹਾਂ ਹੀ ਜਿਹੜੇ ਐਮ ਡੀ ਐਚ ਦੇ ਜਾਂ ਐਵਰੇਸਟ ਫੂਡ ਦੇ ਪ੍ਰੋਡਕਟ ਨੇ ਜਿਵੇਂ ਮਦਰਾਸ ਕਰੀ ਪਾਊਡਰ ਸਾਂਬਰ ਮਸਾਲਾ ਪਾਊਡਰ ਕਰੀ ਪਾਊਡਰ ਵਗੈਰਾ ਇਦਾਂ ਦੇ ਪ੍ਰੋਡਕਟ ਵੀ ਨੇ ਸੋ ਜਦੋਂ ਤੁਸੀਂ ਬਾਈ ਕਰਨੇ ਨੇ ਤਾਂ ਧਿਆਨ ਨਾਲ ਦੇਖ ਕੇ ਲੇਬਲ ਪੜ੍ਹ ਕੇ ਫਿਰ ਪ੍ਰੋਡਕਟ ਬਾਈ ਕਰਨੇ ਚਾਹੀਦੇ ਨੇ ਸਹੀ ਹੈ ਅੱਛਾ ਇਜ਼ਰਾਈਲ ਵਾਲੇ ਪਾਸਿਓਂ ਇਜ਼ਰਾਈਲ ਗਾਜ਼ਾ ਦੀ ਕੋਈ ਅਪਡੇਟ ਤਾਜ਼ਾ ਹੁਣ ਤੱਕ ਆਈ ਹੋਏ ਕਿਉਂਕਿ ਰਫਾ ਦੇ ਉੱਤੇ ਹਮਲੇ ਤੋਂ ਬਾਅਦ ਜਿਹੜੀਆਂ ਨੇ ਉਹ ਅੰਤਰਰਾਸ਼ਟਰੀ ਪ੍ਰੈਸ਼ਰ ਬਹੁਤ ਬਣਿਆ ਅਮਰੀਕਾ ਨੇ ਕਾਫੀ ਪ੍ਰੈਸ਼ਰ ਆਪਣਾ ਬਿਲਡ ਅਪ ਕੀਤਾ ਲੱਗਦਾ ਸੀਗਾ ਕਿ ਹੁਣ ਇਜ਼ਰਾਈਲ ਅਮਰੀਕਾ ਦਾ ਆਪਸੀ ਤਣਾਅ ਜਿਹੜਾ ਆ ਉਹ ਵਧੇਗਾ ਕਿਉਂਕਿ ਅਮਰੀਕਾ ਚ ਚੋਣਾਂ ਨੇ ਚੋਣਾਂ ਦੇ ਵਿੱਚ ਜੋ ਬਾਈਡਨ ਹੋਣਾ ਦੀ ਸਰਕਾਰ ਹੈ ਪਰ ਉਸ ਤੋਂ ਪਹਿਲਾਂ ਉਹਨਾਂ ਦੇ ਉੱਤੇ ਸਿਆਸੀ ਅਸਰੇ ਦਾ ਬਹੁਤ ਪੈ ਰਿਆ ਸੀ ਹੁਣ ਤੱਕ ਕੀ ਨਵੇਂ ਰੁਝਾਨ ਕੁਝ ਜਿਹੜੇ ਗਾਜ਼ਾ ਵੱਲੋਂ ਇਜ਼ਰਾਈਲ ਵੱਲੋਂ ਸਾਹਮਣੇ ਆਏ ਨੇ ਜੀ ਇਜ਼ਰਾਈਲ ਨੇ ਦੁਬਾਰਾ ਫੇਰ ਗਾਜ਼ਾ ਦੇ ਉੱਤੇ ਅਮਰੀਕਾ ਦੇ ਤੇ ਹੋਰ ਦੇਸ਼ਾਂ ਦੇ ਰੋਕਣ ਦੇ باوجود ਇੰਟੈਂਸੀਫਾਈਡ ਸਟ੍ਰਾਈਕ ਸ਼ੁਰੂ ਕੀਤੇ ਨੇ 82 ਲੋਕ 24 ਘੰਟਿਆਂ 'ਚ ਮਾਰੇ ਗਏ ਨੇ ਤੇ ਹੁਣ ਤੱਕ 8 ਹਿਊਮੈਨਿਟੇਰੀਅਨ ਕਨਵੋਇਜ਼ ਨੇ ਜਿਹੜੀਆਂ ਉਹਨਾਂ ਦੇ ਉੱਤੇ ਵੀ ਅਟੈਕ ਹੋ ਚੁੱਕੇ ਨੇ ਤੁਹਾਨੂੰ ਯਾਦ ਹੋਵੇਗਾ ਕਿ 7 ਵਰਕਰ ਜਿਹੜੇ ਪਿਛਲੇ ਜੇ ਮਾਰੇ ਗਏ ਸਨ ਇੱਕ ਫੂਡ ਕਨਵੋਏ ਦੇ ਵਿੱਚ ਵਰਲਡ ਫੂਡ ਪ੍ਰੋਗਰਾਮ ਦੇ ਉਦੋਂ ਇਜ਼ਰਾਈਲ ਨੇ ਮੰਨਿਆ ਕਿ ਉਹਨਾਂ ਦੀ ਗਲਤੀ ਹੈ ਇਨਵੈਸਟੀਗੇਸ਼ਨ ਕਰਨਗੇ ਤੇ ਉਸ ਤੋਂ ਬਾਅਦ ਇੱਕ ਨਵਾਂ ਪ੍ਰੋਟੋਕਾਲ ਲਿਆਂਦਾ ਗਿਆ ਪਰ ਉਸ ਪ੍ਰੋਟੋਕਾਲ ਨੂੰ ਫੋਲੋ ਕਰਦੇ ਹੋਏ ਕੱਲ ਫੇਰ ਉਹਨਾਂ ਨੇ ਇੱਕ ਜਿਹੜੀ ਯੂਨਾਈਟਿਡ ਨੇਸ਼ਨ ਦੀ ਕਨਵਾਈ ਸੀਗੀ ਫੂਡ ਡਿਲੀਵਰੀ ਵਾਲੀ ਉਹਦੇ ਤੇ ਅਟੈਕ ਕੀਤਾ ਤੇ ਉਹਨਾਂ ਨੇ ਆਪਣੀ ਲੋਕੇਸ਼ਨ ਵੀ ਇਜ਼ਰਾਈਲੀ ਅਥਾਰਟिटीज ਨੂੰ ਦੱਸੀ ਹੋਈ ਸੀ ਪਰ ਦੂਸਰੇ ਪਾਸੇ ਕੁਝ ਲੋਕ ਸੀ ਉਹਨਾਂ ਕੋਲੇ ਇਜ਼ਰਾਈਲੀ ਝੰਡੇ ਫੜੇ ਹੋਏ ਸੀ ਇਜ਼ਰਾਈਲ ਦੇ ਉਹਨਾਂ ਨੇ ਟਰੱਕਾਂ ਨੂੰ ਅਨਲੋਡ ਕਰਕੇ ਫੂਡ ਨੂੰ ਡਿਸਟਰੋਏ ਕੀਤਾ ਭੰਨ ਤੋੜ ਦਿੱਤਾ ਤੇ ਤਿੰਨ ਟਰੱਕਾਂ ਨੂੰ ਅੱਗ ਲਾ ਦਿੱਤੀ ਤਾਂ ਕਿ ਜਿਹੜੇ ਭੁੱਖੇ ਭੁੱਖ ਨਾਲ ਮਰ ਰਹੇ ਲੋਕ ਨੇ ਗਾਜ਼ਾ 'ਚ ਉਹਨਾਂ ਤੱਕ ਇਹ ਫੂਡ ਨਾ ਪਹੁੰਚੇ ਸੋ ਇਹ ਬੜੀ ਇੱਕ ਦਰਦਨਾਕ ਤੇ ਇਨਫਲਮੇਟਰੀ ਟਾਈਪ ਉਹਨਾਂ ਦਾ ਐਕਸ਼ਨ ਹੈ ਇਹਦੇ ਨਾਲ ਨਾਲ ਜਿਹੜੇ ਪੁਲਿਸ ਸੀ ਉੱਥੇ ਉਹ ਖੜੀ ਦੇਖਦੀ ਰਹੀ ਕੋਈ ਇਜ਼ਰਾਈਲ ਦੀ ਪੁਲਿਸ ਨੇ ਐਕਸ਼ਨ ਨਹੀਂ ਲਿਆ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਫੂਡ ਨੂੰ ਡਿਸਟਰੋਏ ਕਰ ਰਹੇ ਸੀ ਇਸੇ ਤਰ੍ਹਾਂ ਹੀ ਜਿਹੜੀ ਐਲੈਕਸਾ ਮਾਸਕ ਉਹਦੇ ਉੱਤੇ ਵੀ ਇਜ਼ਰਾਈਲੀ ਝੰਡਾ ਚਰਾਇਆ ਚੜਾਇਆ ਗਿਆ ਹੈ ਜਦਕੇ ਉਹ ਜਿਹੜੀ ਮਾਸਕ ਆ ਉਹ ਜਾਰਡਨ ਦੇ ਕਬਜ਼ੇ ਥੱਲੇ ਆ ਤੇ ਉਥੇ ਨਾਨ ਮਸਲਮ ਪ੍ਰੇ ਨਹੀਂ ਕਰ ਸਕਦੇ ਪਰ ਉਥੇ ਨਾਨ ਮਸਲਮ ਜਾ ਕੇ ਪ੍ਰੇ ਕਰਦੇ ਰਹੇ ਨੇ ਸੋ ਹੁਣ ਤੱਕ 193 ਏਡ ਵਰਕਰ ਮਾਰੇ ਜਾ ਚੁੱਕੇ ਨੇ 143 ਜਰਨਲਿਸਟ ਮਾਰੇ ਜਾ ਚੁੱਕੇ ਨੇ ਜਿਹੜਾ ਹੁਣ ਰੀਸੈਂਟ ਅਟੈਕ ਹੋਇਆ ਰੈਫਿਊਜੀ ਜਿਹੜੇ ਕੈਂਪ ਨੇ ਉਹਨਾਂ ਦੇ ਉੱਤੇ ਵੀ ਅਟੈਕ ਹੋਇਆ 33 ਵਿਅਕਤੀ ਤਾਂ ਨੁਸਰੇਤ ਰੈਫਿਊਜੀ ਕੈਂਪ ਉੱਥੇ ਮਾਰੇ ਗਏ ਨੇ ਤੇ ਇਜ਼ਰਾਇਲ ਦੇ ਖਿਲਾਫ ਕੁਝ ਪੈਲਸਟਾਨੀਆ ਨੇ ਵੀ ਅਟੈਕ ਕੀਤੇ ਨੇ ਪਰ ਜਿਹੜੇ ਰੈਫਿਊਜੀ ਮਾਰੇ ਜਾ ਚੁੱਕੇ ਨੇ ਰੈਫਿਊਜੀ ਕੈਂਪਾਂ ਦੇ ਵਿੱਚ ਕਹਿੰਦੇ ਨੇ ਇੱਕ ਰੈਫਿਊਜੀ ਕੈਂਪ ਆਫਾ ਤੋਂ ਇੱਕ ਫੈਮਿਲੀ ਅਬ ਸੇਫ ਏਵੈਕੂਏਸ਼ਨ ਦੇ ਅਧੀਨ ਕਿਸੇ ਹੋਰ ਦੇ ਘਰੇ ਜਾ ਕੇ ਕਿਰਾਏ ਤੇ ਰਹਿਣ ਲੱਗੇ ਸੀ ਉਹ ਕੱਲ ਆਏ ਸੀ ਤੇ ਅੱਜ ਸਾਰੇ ਦੇ ਸਾਰੇ ਮਾਰੇ ਗਏ ਕਈ ਲੋਕ ਨੇ ਜਿਹੜੇ ਅਜੇ ਵੀ ਰਬਲ ਦੇ ਥੱਲੇ ਜਾਂ ਡੈਬਰੀ ਦੇ ਥੱਲੇ ਪਏ ਨੇ ਤੇ ਉਹਨਾਂ ਦੀਆਂ ਉਹਨਾਂ ਨੂੰ ਕੋਈ ਹੈਲਪ ਨਹੀਂ ਮਿਲ ਰਹੀ ਸੋ ਇਹ ਇੱਕ ਬੜਾ ਸੀਰੀਅਸ ਮੁੱਦਾ ਹੂੰ ਜਿਹੜਾ ਹੁਣ ਲੇਟੈਸਟ ਹਮਲਾ ਹੋਇਆ ਜੀ ਇਹ ਗਾਜ਼ਾ ਦੇ ਕਿਹੜੇ ਏਰੀਆ ਦੇ ਵਿੱਚ ਹੋਇਆ ਕਿ ਕਿਹੜੇ ਏਰੀਆ ਦੇ ਉੱਤੇ ਹੋਇਆ ਦੇਖੋ ਸਾਰੇ ਗਾਜ਼ਾ ਦੇ ਉੱਤੇ ਦੁਆਰਾ ਅਟੈਕ ਸ਼ੁਰੂ ਹੋਏ ਨੇ ਹੁਣ ਜਿਹੜਾ ਮੈਂ ਪਹਿਲਾਂ ਮੈਂਸ਼ਨ ਕਰਕੇ ਛੱਡਿਆ ਇਹ ਨਾਰਥ ਗਾਜ਼ਾ ਦੇ ਵਿੱਚ ਹੋਇਆ ਤੇ ਉਹਦੇ ਨਾਲ ਨਾਲ ਜਿਹੜਾ ਰਾਫਾ ਦਾ ਏਰੀਆ ਸਾਊਥ ਦੇ ਵਿੱਚ ਉੱਥੇ ਵੀ ਨਾਲ ਦੀ ਨਾਲ ਅਟੈਕ ਹੋ ਰਹੇ ਆ ਤਿੰਨ ਜਾਂ ਚਾਰ ਜਗ੍ਹਾ ਦੇ ਉੱਤੇ ਡਿਫਰੈਂਟ ਅਟੈਕ ਹੋਏ ਨੇ ਸੋ ਬਿਲਕੁਲ ਇੱਕ ਐਂਡ ਤੋਂ ਇਧਰੋਂ ਵੀ ਤੇ ਦੂਸਰੇ ਐਂਡ ਤੇ ਜਿਹੜੇ ਰਫਾ ਦੇ ਅਟੈਕਸ ਤੇ ਆਲਰੇਡੀ ਜਿਹੜੇ ਉਚਾਲੀ ਪਏ ਨੇ ਜਿੱਥੇ ਸਭ ਤੋਂ ਪਹਿਲਾਂ ਨਾਰਥ ਗਾਜ਼ਾ ਦੇ ਵਿੱਚ ਹਮਲਾ ਕੀਤਾ ਸੀ ਉਸ ਜਗ੍ਹਾ ਨੂੰ ਇੱਕ ਵਾਰੀ ਫਿਰ ਤੋਂ ਨਿਸ਼ਾਨਾ ਕੋਲ ਮਲਾ ਕੇ ਬਣਾਇਆ ਜਾ ਰਿਹਾ ਪਹਿਲਾਂ ਤੇ ਥੋੜਾ ਜਿਹਾ ਜੌਰਜੀਆ ਬਾਰੇ ਦੱਸ ਦਿਓ ਤਾਂ ਕਿ ਅੰਦਾਜ਼ਾ ਹੋ ਜੇ ਪੀ ਇਹ ਮੈਪ ਦੇ ਉੱਤੇ ਪਹਿੰਦਾ ਕਿੱਥੇ ਕਾ ਤੇ ਸਮਝਣਾ ਤਾਂ ਕਿ ਗੱਲ ਨੂੰ ਸੌਕਾ ਹੋ ਜਾਵੇ ਓਕੇ ਜੀ ਜੌਰਜੀਆ ਇੱਕ ਕਾਕਸਸ ਦੇ ਵਿੱਚ ਕੰਟਰੀ ਹੈ ਇੱਕ ਰੀਜਨ ਆ ਉਹਨੂੰ ਕਹਿੰਦੇ ਆ ਸਾਊਥ ਕਾਕਸਸ ਉਸ ਦੇ ਵਿੱਚ ਸਾਰੇ ਕੰਟਰੀ ਨੇ ਆਰਮੀਨੀਆ ਅਜ਼ਰਬੈਜਾਨ ਜਾਂ ਕਜ਼ਾਕਿਸਤਾਨ ਉਜ਼ਬੇਕਿਸਤਾਨ ਇਦਾਂ ਦੇ ਸਾਰੇ ਕੰਟਰੀ ਨੇ ਇਹਨਾਂ ਦੇ ਵਿੱਚ ਜਿਹੜਾ ਜੌਰਜੀਆ ਇਹ ਤਰਕੀ ਤਰਕੀ ਦੇ ਉੱਪਰ ਨਾਰਥ ਵਿੱਚ ਤੇ ਅਰਮੇਨੀਆ ਦੇ ਨਾਰਥ ਵਿੱਚ ਹੈ ਅਜ਼ਰਬੈਜਾਨ ਦੇ ਵੈਸਟ ਵਿੱਚ ਹੈ ਤੇ ਰਸ਼ੀਆ ਦੇ ਸਾਊਥ ਵਿੱਚ ਸਮਝ ਲਓ ਜਾਂ ਸਾਊਥ ਈਸਟ ਦੇ ਵਿੱਚ ਇਸ ਕੰਟਰੀ ਦੇ ਵਿੱਚ ਇਹਨਾਂ ਦਾ ਕਾਫੀ ਲੰਬਾ ਬਾਰਡਰ ਲੱਗਦਾ ਹਾਂ ਇਹ ਪਹਿਲਾਂ ਜਦੋਂ ਰਸ਼ੀਆ ਡਿਸਇੰਟੀਗ੍ਰੇਟ ਹੋਇਆ 1991 ਦੇ ਵਿੱਚ ਤਾਂ ਉਸ ਟਾਈਮ ਤੇ ਜੌਰਜੀਆ ਪਹਿਲਾਂ ਰਸ਼ੀਆ ਦਾ ਪਾਰਟ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪ੍ਰੋਪਰ ਇੰਡੀਪੈਂਡੈਂਸ ਮਿਲੀ ਹੈ ਵੈਸੇ ਉਸ ਤੋਂ ਪਹਿਲਾਂ ਵੀ 19ਵੀਂ ਸਦੀ ਦੇ ਵਿੱਚ ਵੀ ਇੱਕ ਵਾਰੀ ਇਹ ਰਸ਼ੀਆ ਨਾਲ ਟੁੱਟ ਚੁੱਕੇ ਨੇ ਤੇ ਇਹ ਜਿਹੜਾ ਕੰਟਰੀ ਹੈ ਇਹ ਇੱਕ 크ਰਿਸਚੀਅਨ ਕੰਟਰੀ ਹੈ ਇਹਦੇ ird ਗਿਰਦੇ ਜਿਹੜੇ ਕੰਟਰੀ ਨੇ ਮੋਸਟਲੀ ਮੁਸਲਮ ਕੰਟਰੀਜ਼ ਨੇ ਤੇ ਯੂਐਸਏ ਦੀ ਇਜ਼ਰਾਈਲ ਤੋਂ ਬਾਅਦ ਸਾਰਿਆਂ ਨਾਲ ਵੱਡੀ ਐਮਬੈਸੀ ਜਿਹੜੀ ਉਹ ਤਬਲੀਸੀ ਕੈਪੀਟਲ ਆ ਜਾਰਜੀਆਲੀ ਉੱਥੇ ਆ ਸੋ ਅਮਰੀਕਾ ਦਾ ਕਾਫੀ ਇਨਫਲੂਐਂਸ ਹੋਣਾ ਚਾਹੀਦਾ ਸੀ ਉਸ ਕੰਟਰੀ ਚ ਹੂੰ ਅੱਛਾ ਇਸ ਕੰਟਰੀ ਦੇ ਵਿੱਚ ਹਾਂਜੀ 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 ਦੱਸ ਤੋਂ ਪਲੀਜ਼ ਪਲੀਜ਼ ਹਾਂਜੀ ਇਹ ਕੰਟਰੀ ਦੇ ਵਿੱਚ ਹੁਣ ਕੁਝ ਸਮੇਂ ਤੋਂ ਇੱਕ ਪ੍ਰੋਟੈਸਟ ਚੱਲ ਰਹੇ ਨੇ ਉਹ ਪ੍ਰੋਟੈਸਟ ਬੜੇ ਗੰਭੀਰ ਸਨ ਕਿਉਂਕਿ ਫੋਰਨ ਏਜੰਟ ਜਾਂ ਫੋਰਨ ਇਨਫਲੂਐਂਸ ਬਿੱਲ ਉਹ ਕੱਲ ਪਾਸ ਹੋਇਆ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਕੀ ਹੈ ਕਿ ਜਿੰਨੇ ਵੀ ਮੀਡੀਆ ਜਾਂ ਐਨ ਜੀਓਜ਼ ਨੇ ਜਿਨ੍ਹਾਂ ਨੂੰ 20% ਤੋਂ ਜਾਂ ਉਸ ਤੋਂ ਵੱਧ ਫੋਰਨ ਫੰਡਿੰਗ ਮਿਲਦੀ ਹੈ ਉਹਨਾਂ ਨੂੰ ਫੋਰਨ ਏਜੰਟ ਕਿਹਾ ਜਾਊਗਾ ਤੇ ਉਹ ਉਹਨਾਂ ਨੂੰ ਰਜਿਸਟਰ ਕਰਨਾ ਪਏਗਾ ਲੋਕ ਇਸ ਕਰਕੇ ਖਿਲਾਫ ਨੇ ਕਿ ਉਹਦੇ ਨਾਲ ਫਿਰ ਜੌਰਜੀਆ ਦੁਆਰਾ ਰਸ਼ੀਆ ਦੇ ਇਨਫਲੂਐਂਸ ਵੱਲ ਨੂੰ ਇਹ ਕੰਟਰੀ ਚਲਾ ਜਾਊਗਾ ਸੋ ਇਸ ਕਰਕੇ ਉਥੋਂ ਦੀ ਕਿਉਂਕਿ ਜਿਹੜੇ ਫੋਰਨ ਇਨਫਲੂਐਂਸ ਦੇ ਕੰਟਰੀ ਨੇ ਫੋਰਨ ਇਨਫਲੂਐਂਸ ਉਹ ਕੰਟਰੀ ਨੇ ਉਹਨਾਂ ਕੰਟਰੀਆਂ ਦਾ ਯੂਰੋਪੀਅਨ ਅਮਰੀਕਨ ਜਾਂ ਹੋਰ ਕੰਟਰੀਜ਼ ਤੇ ਹੁਣ ਜਾਰਜੀਆ ਕੋਸ਼ਿਸ਼ ਕਰ ਰਿਹਾ ਹੈ ਕਿ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋ ਸਕੇ ਉਹਨਾਂ ਨੇ ਕਾਫੀ ਪ੍ਰੋਗਰੈਸ ਕੀਤੀ ਹੈ ਪਿਛਲੇ 200 ਸਾਲਾਂ ਤੋਂ ਜਾਰਜੀਆ ਤੇ ਰਸ਼ੀਆ ਦੀ ਆਪਸ ਵਿੱਚ ਲੜਾਈ ਚੱਲਦੀ ਹੈ ਯੂਕਰੇਨ ਤੋਂ ਪਹਿਲਾਂ ਰਸ਼ੀਆ ਨੇ ਜਾਰਜੀਆ ਦੇ ਵਿੱਚ ਅਟੈਕ ਕਰਕੇ ਉਹਨਾਂ ਦੀ ਟੈਰੀਟਰੀ ਦੇ ਉੱਤੇ ਕਬਜ਼ਾ ਕਰਕੇ ਰੱਖਿਆ ਹੋਇਆ ਅਬਖਾzia ਤੇ ਉਹ ਸਿਟੀਆ ਸਾਊਥ ਸਿਟੀਆ ਇਹਨਾਂ ਏਰੀਆਜ਼ ਦੇ ਵਿੱਚ ਤੇ ਹੁਣ ਜਦੋਂ ਇਹ ਬਿੱਲ ਬਣ ਰਿਹਾ ਤਾਂ ਇਹਦੇ ਨਾਲ ਇਹ ਲੱਗ ਰਿਹਾ ਕਿ ਕਿ ਸਮੇਂ ਦੀ ਸਰਕਾਰ ਦਾ ਜਿਹੜਾ ਝੁਕਾ ਹੈ ਉਹ ਰਸ਼ੀਆ ਵਾਲਾ ਤੇ ਉਹਦਾਂ ਦੇ ਬਿੱਲ ਪਾਸ ਕਰ ਰਹੇ ਨੇ ਜਿਨ੍ਹਾਂ ਨਾਲ ਰਸ਼ੀਆ ਦਾ ਜਿਹੜਾ ਇਨਫਲੂਐਂਸ ਹੈ ਉਹ ਵਧੇ ਤੇ ਬਾਕੀਆਂ ਦਾ ਘਟੇ ਸੋ ਕੱਲ ਜਿਹੜਾ ਬਿੱਲ ਪਾਸ ਹੋਇਆ 2000 ਦੇ ਕਰੀਬ ਰਾਈਟ ਪੁਲਿਸ ਉੱਥੇ ਹਾਜ਼ਰ ਸੀ ਲੋਕਾਂ ਦੇ ਉੱਤੇ ਉਹਨਾਂ ਨੇ ਲੋਕਾਂ ਨੂੰ ਫੜਿਆ ਧੱਕਿਆ ਉਹਨਾਂ ਨੂੰ ਅਰੈਸਟ ਕੀਤਾ ਐਕਚੁਅਲੀ ਕੰਟਰੀ ਦੀ ਪ੍ਰੈਜ਼ੀਡੈਂਟ ਇੱਕ ਲੇਡੀ ਹੈ ਉਹਨੇ ਪ੍ਰੋਮਿਸ ਕੀਤਾ ਸੀ ਕਿ ਜਦੋਂ ਇਹ ਬਿੱਲ ਪਾਸ ਹੋਇਆ ਜਾਰਜੀਅਨ ਡ੍ਰੀਮ ਪਾਰਟੀ ਹੈ ਜਿਹੜੀ ਉਹਦੀ 83 ਸੀਟਾਂ ਨੇ ਮੈਜੋਰਟੀ ਦੇ ਵਿੱਚ ਐ ਇਸ ਕਰਕੇ ਉਹ ਚਾਹੁੰਦੇ ਨੇ ਕਿ ਬਿੱਲ ਪਾਸ ਹੋ ਜੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਜਦੋਂ ਇਹ ਬਿੱਲ ਪਾਸ ਹੋਇਆ ਬਾਈਆਂ ਨਹੀਂ ਚਾਂਸ ਪਾਰਲੀਮੈਂਟ ਦੇ ਵਿੱਚੋਂ ਤਾਂ ਉਹ ਵਿਟੋ ਕਰਨਗੇ ਉਹਨਾਂ ਨੇ ਵਿਟੋ ਕੀਤਾ ਪਰ ਜੌਰਜੀਆ ਦੇ ਡ੍ਰੀਮ ਪਾਰਟੀ ਜਿਹੜੀ ਉਹਨਾਂ ਦੀਆਂ ਸੀਟਾਂ ਜ਼ਿਆਦਾ ਨੇ ਉਹਨਾਂ ਨੇ ਦੁਬਾਰਾ ਫੇਰ ਇਸ਼ੂ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਤੇ ਕੋਸ਼ਿਸ਼ ਕਰਨਾਂ ਦੇ ਵਿੱਚ ਉਹਤੇ ਡਿਬੇਟ ਕਰਕੇ ਉਹਨੂੰ ਪਾਸ ਕਰ ਦਿੱਤਾ ਜਦੋਂ ਪਾਸ ਹੋਇਆ ਤਾਂ ਲੋਕ ਬਹੁਤ ਭੜਕੇ ਤੇ ਲੋਕਾਂ ਦੀ ਜਿਹੜੀ ਪੀੜਾ ਦੁਆਰਾ ਫਿਰ ਇਕੱਠੀ ਹੋਈ ਤੇ ਪੁਲਿਸ ਨੇ ਉਹਨਾਂ ਨੂੰ ਖੰਡਾਉਣ ਦੀ ਕੋਸ਼ਿਸ਼ ਕੀਤੀ ਭਾਵੇਂ ਇੱਕ ਕਾਨੂੰਨ ਆ ਤੇ ਇੱਕ ਗਵਰਨਮੈਂਟ ਆ ਜਿਹੜੀ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਇਦ ਰਸ਼ੀਆ ਨੂੰ ਆ ਸੌਰੀ ਜਾਰਜੀਆ ਨੂੰ ਰੁਕਣ ਦੇ ਵਿੱਚ ਰੁਕਾਵਟਾਂ ਪੇਸ਼ ਕਰੇ ਪਰ ਅਕਤੂਬਰ ਚ ਉਹਨਾਂ ਦੀਆਂ ਇਲੈਕਸ਼ਨਾਂ ਨੇ ਜਾਰਜੀਆ ਦੇ ਵਿੱਚ ਤੇ ਜਿਹੜੀ ਜਾਰਜੀਅਨ ਡ੍ਰੀਮ ਪਾਰਟੀ ਆ ਉਹ ਅਗਲੀ ਇਲੈਕਸ਼ਨਾਂ ਜਿਤਨੀਆਂ ਉਹਨਾਂ ਲਈ ਅਸੰਭਵ ਨੇ ਇਸ ਕਰਕੇ ਯੂਰਪੀਅਨ ਯੂਨੀਅਨ ਦੇ ਵਿੱਚ ਜਾਰਜੀਆ ਦਾ ਸ਼ਾਮਲ ਹੋਣਾ ਫੇਰ ਨਵੇਂ ਸਿਰੇ ਤੋਂ ਸ਼ੁਰੂ ਹੋਏਗਾ ਸਾਰੀ ਪ੍ਰੋਸੈਸ ਅੱਛੇ ਸੋ ਜਿਸ ਤਰ੍ਹਾਂ ਤਰੀਕੇ ਨਾਲ ਤੁਸੀਂ ਦੱਸਿਆ ਕਿ ਰਸ਼ੀਆ ਦਾ ਲੰਬੇ ਸਮੇਂ ਤੋਂ ਜਿਹੜਾ ਇਨਫਲੂਐਂਸ ਰਿਹਾ ਜਾਂ ਕਈ ਸਮੇਂ ਤੋਂ ਵਿਵਾਦ ਇਹਨਾਂ ਦੇ ਆਪਸੀ ਚੱਲਦੇ ਪਏ ਨੇ ਹੁਣ ਜੇ ਬਿੱਲ ਲਿਆਉਣ ਦੇ ਵਿੱਚ ਕਾਮਯਾਬ ਹੋ ਚੁੱਕੇ ਨੇ ਤੇ ਰਸ਼ੀਆ ਆਲਰੇਡੀ ਕਾਫੀ ਹੱਦ ਤੱਕ ਆਪਣਾ ਪ੍ਰਭਾਵ ਰੱਖ ਰਿਹਾ ਸਿਆਸੀ ਤੌਰ ਦੇ ਉੱਤੇ ਵੀ ਕਈ ਇੰਟਰਫੇਰੈਂਸਿਸ ਹੋ ਰਹੀਆਂ ਨੇ ਇਧਰ। ਬਿਲਕੁਲ ਹੋ ਰਹੀਆਂ ਨੇ ਇਸੇ ਕਰਕੇ ਲੋਕਾਂ ਦਾ ਝੁਕਾਰ ਯੂਕਰੇਨ ਦੀ ਲੜਾਈ ਵੱਲ ਤਾਂ ਬਹੁਤ ਜ਼ਿਆਦਾ ਹੈ। ਪਰ ਰਸ਼ੀਆ ਜਾਰਜੀਆ ਦੀ ਜਿਹੜੀ ਪ੍ਰੋਬਲਮ ਹੈ ਕਨਫਲਿਕਟ ਹੈ ਉੱਥੇ ਇੰਟਰਨੈਸ਼ਨਲ ਜਿਹੜਾ ਝੁਕਾ ਕੰਪੈਰੀਟਿਵਲੀ ਘੱਟ ਹੈ ਮੀਡੀਆ ਇੰਟਰਸਟ ਘੱਟ ਹੈ ਵੀ ਜਾਰਜੀਆ ਕੁ ਸਮਾਂ ਪਹਿਲਾਂ ਪੰਜਾਬ ਦੀਆਂ ਅਖਬਾਰਾਂ ਚ ਵੀ ਬਹੁਤ ਪ੍ਰਚਲਿਤ ਹੋਇਆ ਸੀ ਨਾ ਹਾਂਜੀ ਬਿਲਕੁਲ ਹੋਇਆ ਸੀ ਜੀ ਕਿਉਂਕਿ ਉੱਥੇ ਜ਼ਮੀਨ ਸਸਤੀ ਹੈ ਜ਼ਮੀਨ ਬੜੀ ਵਧੀਆ ਤੇ ਲੋਕ ਬੜੇ ਫ੍ਰੈਂਡਲੀ ਨੇ ਹੂੰ ਉਦੋਂ ਕਾਫੀ ਇਹਦਾ ਮੈਂ ਤੇ ਖੈਰ ਕਾਫੀ ਛੋਟਾ ਸੀਗਾ ਉਦੋਂ ਜੋ ਤਾਂ ਘਰੇ ਗੱਲਾਂ ਹੁੰਦੀਆਂ ਸੁਣਨੀਆਂ ਕਿ ਇਦਾਂ ਇਦਾਂ ਕਰਕੇ ਇੱਕ ਦੇਸ਼ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਯੂਰਪੀਅਨ ਯੂਨੀਅਨ ਦਾ ਹਿੱਸਾ ਬਣ ਜਾਵੇ ਤੇ ਲੋਕ ਬੜੀਆਂ ਫਲਾਈਟਾਂ ਪਰ ਪਰ ਕੇ ਉਦੋਂ ਉੱਥੇ ਜ਼ਮੀਨਾਂ ਵੇਖਣ ਜਾਂਦੇ ਸਨ ਕੁਝ ਪੰਜਾਬ ਦੀਆਂ ਵੱਡੀਆਂ ਹਸਤੀਆਂ ਨੇ ਉਸ ਸਮੇਂ ਉੱਥੇ ਜ਼ਮੀਨਾਂ ਖਰੀਦੀਆਂ ਵੀ ਸਨ ਖੈਰ ਉਸ ਤੋਂ ਬਾਅਦ ਲੋਕਾਂ ਨੂੰ ਐਵੇਂ ਐਵੇਂ ਵੀ ਕਈਆਂ ਨੂੰ ਲੱਗਦਾ ਵੀ ਸਾਡੇ ਨਾਲ ਕਿਤੇ ਕੋਈ ਠੱਗੀ ਵੀ ਹੋ ਗਈ ਜਾਂ ਕੁਛ ਇਦਾਂ ਦਾ ਬਾਦ ਘਟ ਵੀ ਹੋ ਗਈ ਹੈ ਪਰ ਉੱਥੇ ਕਾਫੀ ਲੋਕ ਸੀਗੇ ਜਿਹੜੇ ਉੱਥੇ ਜਾ ਕੇ ਇਸ ਚੀਜ਼ ਵੱਲ ਜ਼ਮੀਨ ਖਰੀਦਣ ਦੇ ਤਿਆਰੀ ਚ ਸਨ ਕਿਉਂਕਿ ਕਿੱਲਾ ਤੇ ਪਿੰਡ 'ਚ ਖਰੀਦਿਆ ਨਹੀਂ ਮਾਣ ਹੁੰਦਾ ਤੇ ਉਹ ਬਗਾਨੀ ਧਰਤੀ 'ਚ ਜਾ ਕੇ ਖਰੀਦ ਲੈਣਾ ਉਹਦਾ ਤੇ ਟੌਰੀ ਬਕਰਾਂ ਦਾ ਹਾਂਜੀ ਬਿਲਕੁਲ ਉੱਥੇ ਫਰੂਟਸ ਬਹੁਤ ਹੁੰਦੇ ਨੇ ਜੀ ਜਿਹੜੇ ਐਪਲਸ ਵਗੈਰਾ ਦਾ origin ਉਹਨੂੰ ਉਸ ਏਰੀਆ 'ਚ ਹੋਇਆ ਤੇ ਐਪਲ ਲਾਰਚਰਡ ਜਾਂ ਫਿਰ ਗੂਰ ਬਹੁਤ ਹੁੰਦੇ ਨੇ ਵਾਈਨ ਬੜੀ ਵਧੀਆ ਉੱਥੋਂ ਦੀ ਇਸ ਤੋਂ ਇਲਾਵਾ ਹੋਰ ਬੜੀਆਂ ਫਸਲਾਂ ਹੁੰਦੀਆਂ ਨੇ ਮਿਨਰਲਸ ਵੀ ਕਾਫੀ ਨੇ ਹਾਂਜੀ ਬਿਲਕੁਲ ਠੀਕ ਹੈ अच्छा अगली गल ਆਪਾਂ ਭਾਰਤਵਾਲ ਨੂੰ ਜਾਣੇ ਜੀ ਵਾਪਸ ਉਥੋਂ ਦੀ ਕਲ ਕਰਨੀ ਕਿਉਂਕਿ ਪਹਿਲਾਂ ਸ਼ੁਰੂਆਤ ਜਿਹੜੀ ਆ ਭਾਰਤੀ ਮਸਾਲਿਆਂ ਤੋਂ ਅੱਜ ਦੀ ਖਬਰ ਦੀ ਹੋਈ ਤੇ ਜਿਹੜਾ ਉਹ ਸਮਾਪਤੀ ਆ ਆਪਾਂ ਜਿਹੜੀ ਪ੍ਰੋਗਰਾਮ ਦੀ ਉਹ ਵੀ ਭਾਰਤੀ ਖਬਰ ਦੇ ਨਾਲ ਕਰਦੇ ਆ ਪਾਰਟ ਦੇ ਵਿੱਚ ਬਿਲਬੋਰਡ ਜਿਹੜੇ ਅਸੀਂ ਵੱਡੇ ਵੱਡੇ ਦੇਖਦੇ ਆ ਨਾ ਜੀ ਲੱਗੇ ਹੁੰਦੇ ਆ ਜਿਨ੍ਹਾਂ ਤੇ ਐਡਵਰਟਾਈਜ਼ਮੈਂਟਸ ਹੁੰਦੀਆਂ ਨੇ ਕਈ ਕੁਸ਼ ਹੁੰਦੀਆਂ ਨੇ ਅਸੀਂ ਕੈਨੇਡਾ ਅਮਰੀਕਾ ਹੋਰ ਥਾਵਾਂ ਤੇ ਵੀ ਦੁਨੀਆ ਜਿੱਥੇ ਤਕਰੀਬਨ ਜਿੱਥੇ ਚੱਲ ਚੁੱਕੀ ਹੈ ਅੱਜ ਕੱਲ ਤੇ ਬੜੀ ਡਿਜੀਟਲ ਮਾਰਕੀਟਿੰਗ ਦਾ ਇੱਕ ਟ੍ਰੈਂਡ ਆਏ ਵੱਡੇ ਵੱਡੇ ਬਿਲਬੋਰਡਸ ਵੱਡੀਆਂ ਕੰਪਨੀਆਂ ਵੱਲੋਂ ਲਾਏ ਜਾਂਦੇ ਨੇ ਉਹਦੇ ਵਿੱਚ ਫਿਰ ਐਡਵਰਟਾਈਜ਼ਮੈਂਟਸ 15 ਸੈਕਿੰਡ 30 ਸੈਕਿੰਡ 20 ਸੈਕਿੰਡਸ ਦੀਆਂ ਚੱਲਦੀਆਂ ਨੇ ਉਹ ਡਿੱਗਣ ਦੇ ਨਾਲ ਲੋਕਾਂ ਦੀ ਮੌਤ ਹੋ ਗਈ ਹੈ ਜੀ ਲੋਕ ਵੀ ਇੱਕ ਦੋ ਨਹੀਂ ਜਾਦਾ ਲੋਕਾਂ ਦੀ ਮੌਤ ਹੋਈ ਹੈ ਪ ਇਕਾਤ ਕੰਨਾ ਜੀ ਘਾਟ ਕੋਪਰ ਮੁੰਬਈ ਦੇ ਵਿੱਚ ਕੋਈ ਏਰੀਆ ਉੱਥੇ ਐਟਾ ਵੱਡਾ ਹੋਲਡਿੰਗ ਸੀਗਾ ਲੱਗਿਆ ਆ ਬਿਲਬੋਰਡ 70 ਮੀਟਰ ਬਾਈ 50 ਮੀਟਰ ਦਾ ਜਿਹੜਾ 올림픽 ਸਾਈਡ ਪੂਲ ਹੁੰਦਾ ਉਹਦੇ ਨਾਲੋਂ ਵੀ ਵੱਡਾ ਤੇ ਨੇਰੀ ਆਉਣ ਦੇ ਨਾਲ ਉਹ ਹਿੱਲਿਆ ਤੇ ਹਿੱਲ ਕੇ ਡਿੱਗ ਪਿਆ ਜਦੋਂ ਡਿੱਗਿਆ ਤਾਂ 14 ਵਿਅਕਤੀ ਮਾਰੇ ਗਏ 73 ਬੰਦੇ ਜ਼ਖਮੀ ਹੋ ਗਏ ਇਹ ਡਿੱਗਿਆ ਜਦੋਂ ਤਾਂ ਘਰਾਂ ਦੇ ਉੱਤੇ ਤੇ ਪੈਟਰੋਲ ਪੰਪ ਦੇ ਉੱਤੇ ਡਿੱਗ ਪਿਆ ਉੱਥੇ ਗੱਡੀਆਂ ਖੜੀਆਂ ਸਨ ਗੱਡੀਆਂ ਦੇ ਵਿੱਚ ਲੋਕ ਸਨ ਉਹ ਕ੍ਰੈਸ਼ ਹੋ ਗਏ ਤੇ ਉਹਦੇ ਨਾਲ ਫਿਰ ਕਾਫੀ ਉਥੇ ਕੇਓਸ ਕ੍ਰੇਟ ਹੋ ਗਿਆ ਐਮਰਜੈਂਸੀ ਟੀਮ ਆਈ ਹੋਈ ਹੈ ਤੇ ਪਾਵਰ ਟੂਲਸ ਦੇ ਨਾਲ ਲੋਕਾਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕਰਦੇ ਨੇ ਈਗੋ মিডিਆ ਏਜੰਸੀ ਉਹਨਾਂ ਦਾ ਇਹ ਬਿਲਬੋਰਡ ਲੱਗਿਆ ਹੋਇਆ ਸੀਗਾ ਤੇ ਅਥਾਰਟिटीज ਨੇ ਅਨਾਉਂਸ ਕੀਤਾ ਕਿ 5 ਲੱਖ ਦੀ ਕੰਪਨਸੇਸ਼ਨ ਦਿੱਤੀ ਜਾਊ ਉਹਨਾਂ ਲੋਕਾਂ ਨੂੰ ਜਿਹੜੇ ਇਹਦੇ ਥੱਲੇ ਆ ਕੇ ਮਰੇ ਨੇ ਪਰ ਜਿਹੜਾ ਉਥੋਂ ਦਾ ਸਿਟੀ ਦੀ ਗਵਰਨਮੈਂਟ ਆ ਉਹ ਕਹਿੰਦੇ ਕਿ ਉਹਨਾਂ ਨੇ ਇਸ ਬਿਲ ਨੂੰ ਅਪਰੂਵ ਨਹੀਂ ਸੀ ਕੀਤਾ ਬਿਲਬੋਰਡ ਨੂੰ ਇਹਦਾ ਸਾਈਜ਼ ਆ ਜਿਹੜਾ ਪਰਮਿਟਡ ਬਿਲਬੋਰਡ ਹੁੰਦਾ ਉਹਦੇ ਨਾਲੋਂ 9 ਗੁਣਾ ਜਿਆਦਾ ਵੱਡਾ ਤੇ ਇਸ ਕੰਪਨੀ ਦੇ ਖਿਲਾਫ ਹੋਮਿਸਾਈਡ ਦਾ ਕੇਸ ਰਜਿਸਟਰ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਇੱਕ ਕ੍ਰਿਮੀਨਲ ਕਟੈਰੀ ਦੇ ਵਿੱਚ ਲਿਆਂਦਾ ਜਾਵੇ ਜਿਹੜਾ 9 ਗੁਣਾ ਵੱਡਾ ਪਰਮਿਟਡ ਸਾਈਜ਼ ਦੇ ਨਾਲੋਂ ਵੱਡਾ ਨੋਟਿਸ ਬੋਰਡ ਉਹਨਾਂ ਨੇ ਲਾਇਆ ਲਾਇਆ ਹੋਇਆ ਸੀ ਪਰ ਇੱਕ ਕੁਐਸਚਨ ਪੈਦਾ ਹੁੰਦਾ ਕਿ ਦੁਨੀਆ ਜਿਹੜੇ ਹੋਰ ਵੋਟਿੰਗ ਲੱਗੇ ਨੇ ਉਹਨਾਂ ਦੇ ਕੀ ਰੂਲਸ ਨੇ ਕਿੰਨੇ ਕੁ ਮਜ਼ਬੂਤ ਨੇ ਤੇ ਕਿੰਨੇ ਕੁ ਸੇਫ ਨੇ ਕਿਉਂਕਿ ਇਹ ਤੇ ਕਾਫੀ ਜਿੱਦਾਂ ਕਹ ਲਈ ਕਿ ਕਾਫੀ ਸਮੇਂ ਤੋਂ ਇਹ ਟ੍ਰੈਂਡ ਦੇ ਵਿੱਚ ਆ ਨਾ ਦੇਖੋ ਆਮ ਬੰਦੇ ਨੇ ਤੇ ਕਿਤੇ 5x6 ਫੁੱਟ ਦੀ ਸਕਰੀਨ ਲਾਉਣੀ ਹੋਵੇ ਉਹਨੂੰ ਤੇ ਉਹਦੀ ਆਗਿਆ ਨਹੀਂ ਮਿਲਦੀ ਸਿਟੀ ਕੋਲੋਂ ਤੇ ਕੁਝ ਲੋਕ ਜਿਹੜੇ ਆ ਵੱਡੇ ਵੱਡੀਆਂ ਇਹ ਬੋਰਡਸ ਦੀ ਵੀ ਪਰਮਿਸ਼ਨ ਜਿਹੜੀ ਉਹ ਲੈ ਕੇ ਆ ਜਾਂਦੇ ਨੇ ਖੈਰ ਇਹ ਹੁਣ ਕਿਵੇਂ ਕੀਤਾ ਜਾਂਦਾ ਕਿਦਾਂ ਕੀਤਾ ਜਾਂਦਾ ਗਰਲ ਸਾਹਿਬ ਆਪਣੇ ਕੋ ਆਖਰੀ 1 ਮਿੰਟ ਪ੍ਰੋਗਰਾਮ ਦੇ ਵਿੱਚ ਬਚਿਆ ਹੈ ਕਿਉਂਕਿ ਤੁਸੀਂ ਹੁਣੇ ਗੱਲ ਕਰਕੇ ਹਟਿਓ ਜਿਵੇਂ ਅਸੀਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਕਿ 2024 ਬਹੁਤ ਅਹਿਮ ਆ ਬੜੀਆਂ ਆਦੇਸ਼ਾਂ ਦੀਆਂ ਜਿਹੜੀਆਂ ਵੋਟਾਂ ਨੇ ਜੋर्ज ਜੀ ਇਹਦੇ ਵਿੱਚ ਤੁਸੀਂ ਦੱਸਿਆ ਸਾਡੇ BC ਦੇ ਵਿੱਚ 1 ਅਕਤੂਬਰ ਮਹੀਨੇ ਚ ਵੋਟਾਂ ਨੇ ਫਿਰ ਅੱਗੇ US ਦੀਆਂ ਬਹੁਤ ਵੱਡੀਆਂ ਵੋਟਾਂ ਆ ਜਿਹੜੀਆਂ ਇਸ ਤੋਂ ਇਲਾਵਾ ਜਿਹੜਾ ਹੁਣ ਸਿਆਸੀ ਮਾਹੌਲ ਵੀ ਹੈ ਉਹ ਕਈ ਪਾਸੇ ਸਾਰਾ ਜਿਹੜਾ ਭਖ ਦਾ ਉਹ ਨਜ਼ਰ ਆ ਰਿਹਾ ਤੇ ਕੀ ਇਹਦੇ ਬਾਰੇ ਆਖਿਰ ਵਿੱਚ ਕੁਝ ਕਨਕਲੂਡ ਕਰਨਾ ਚਾਹੁੰਦੇ ਹੋ ਆ ਆਖਿਰ ਚ ਇਹ ਹੈ ਕਿ ਅੱਜ ਅਬੈਕਸ ਦਾ ਡਾਟਾ ਜਿਹੜਾ ਇੱਕ ਉਹਨਾਂ ਦਾ ਪੋਲ ਸਾਹਮਣੇ ਆਇਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਐਂਡੀਪੀ 40% ਤੇ ਹੈ ਤੇ ਕਨਸਰਵੇਟਿਵ ਜਿਹੜੀ ਲੋਕਲ BC ਕਨਸਰਵੇਟਿਵ 34% ਤੇ ਹੈ ਜਿਹੜੀ BC ਯੂनाइटेड ਪਾਰਟੀ 13% ਤੇ ਗ੍ਰੀਨ 10% ਤੇ NDP 2020 ਨਾਲੋਂ 8 ਪੁਆਇੰਟ ਥੱਲੇ ਆਈ ਹੈ ਜਿਹੜੀ BC ਕੰਸਰਵੇਟਿਵ ਹੈ 2020 ਨਾਲੋਂ 32% ਉੱਪਰ ਗਈ ਹੈ ਤੇ ਜਿਹੜੀ BC ਯੂनाइटेड ਪਾਰਟੀ ਹੈ ਉਹ 21% ਥੱਲੇ ਆਈ ਹੈ ਤੇ ਗ੍ਰੀਨ ਪਾਰਟੀ 5 ਪੁਆਇੰਟ ਥੱਲੇ ਆਈ ਹੈ ਇਹ ਇੱਕ ਨਵਾਂ ਪੋਲ ਆ BC ਦੀਆਂ ਇਲੈਕਸ਼ਨਾਂ ਦਾ ਅਪਡੇਟ ਦਾ ਅੱਜ ਦਾ ਇਹ BC ਕੰਸਰਵੇਟਿਵ 2% ਤੋਂ 34% ਤੇ ਪਹੁੰਚਣਾ ਜੀਏ ਤੇ ਬੜਾ ਇੱਕ ਰਿਕਾਰਡ ਜੰਪ ਮਾਰਿਆ ਇਹਨਾਂ ਨੇ हां जी बिल्कुल मारयो जी वो भी ਜਿਹੜਾ ਮੋਮੈਂਟਮ ਉਹ ਵੀ ਅਜੇ ਇਹਨਾਂ ਦੇ ਸਾਈਡ ਤੇ ਇਹ ਤੋਂ ਬਿਨਾ ਉਹ ਫੰਡਰੇਜ ਜਿਹੜਾ ਕਰ ਰਹੇ ਨੇ ਰੀਸੈਂਟ ਦਿਨਾਂ ਦੇ ਵਿੱਚ ਉਹ ਵੀ ਕਾਫੀ ਸਿਗਨੀਫੀਕੈਂਟ ਹੈ ਸੋ ਇਸ ਕਰਕੇ ਇਦਾਂ ਲੱਗ ਰਿਹਾ ਕਿ ਫਸਮਾ ਮੁਕਾਬਲਾ ਅਕਤੂਬਰ ਚ ਦੇਖਣ ਨੂੰ ਮਿਲੇਗਾ ਜਿੱਦਾਂ ਕਿ ਲੱਗਦਾ ਸੀ ਕਿ ਐਨਡੀਪੀ ਲਈ ਜਿਤਨਾ ਸ਼ਾਇਦ ਸੇਫ ਹੋ ਜਾਵੇ ਵੋਟ ਸ਼ੇਅਰ ਦਾ ਜਿਹੜਾ ਕਨਜ਼ਰਵੇਟਿਵ ਯੂनाइटेड ਚ ਇਦਾਂ ਡਿਸਟ੍ਰਿਬਿਊਟ ਹੋਊਗਾ ਹੁਣ ਲੱਗਦਾ ਹੈ ਕਿ ਐਨਡੀਪੀ ਕਨਜ਼ਰਵੇਟਿਵ ਦਾ ਮੁਕਾਬਲਾ ਉਹ ਜਿਹੜਾ ਟੱਕਰ ਉਹ ਜ਼ਰੂਰ ਹੋਵੇਗੀ ਤੇ ਬੀਸੀ ਯੂनाइटेड ਵੀ ਆਪਣੇ ਆਪ ਨੂੰ ਬਿਲਡ ਅਪ ਕਰਨ ਲਈ ਪੂਰਾ ਫਾਈਟਬੈਕ ਕਰਦੇ ਪੈਗੇ ਹਾਂਜੀ ਬਿਲਕੁਲ ਜੀ ਚਲ ਆਉਣ ਵਾਲੇ ਦਿਨਾਂ ਚ ਦੇਖਦੇ ਹਾਂ ਕਿਰਲ ਸਾਹਿਬ ਤੁਹਾਡਾ ਅੱਜ ਲਈ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਮਿਹਰਬਾਨ